सत श्री अकाल, तुसी देख रहे हो दैनिक सवेरा टीवी। मैं दविंदर मांड आजा। 10 मई ते दिन है शुक्रवार ते अज फिल्म रिलीज़ हो चुकी है शिंदा शिंदा नो पापा। जे मेन स्टार कास्ट की गल करिए गिप्पी गरेवाल, शिंदा गरेवाल और हीना खान इस फिल्म के नज़र आएंगे। उस तो इलावा बाकी सपोर्टिंग रोल के प्रिंस कंवलजीत, निर्मल ऋषि, हरदीप गिल, रघवीर बोली, जसविंदर पल्लार। फिल्म नू डायरेक्ट किया अमरप्रीत जी एस छाबड़ा ने, लिखा गया नरेश कथूरिया वालों। और जे गल करिए कि फिल्म प्रोड्यूस की गई खुद गिप्पी गरेवाल वालों, रवनीत कौर गरेवाल, विक्रम मेहरा और सिद्धार्थ आनंद कुमार वालों फिल्म जी प्रोड्यूस की गई है। सो देखना यह होगा कि ट्रेलर जिमें दर्शकों को बहुत पसंद आया, ऐसी फिल्म किमें लगती है। अज करते हैं दर्शकों के नाल गलबात। तो दर्शक फिल्म देख के बाहर आ गए ने, गलबात करदे। भाई जी किवें लगी फिल्म? वधिया मूवी, मैसेज वधिया फिल्म दे विच। हां जी सोना, पंजाब विचों किन्ने स्टार दोगे? 5 स्टार ही। भाई किवें लगी जी? बहुत वधिया भाई, बहुत। खास की लगा फिल्म दे विच? खास वैसे दस्या ना रिलेशन है कि जदा एक फादर दा ते सन दा रिलेशन किवें दा हुंदा, दस्या उन्होंने कि किवें दा होना चाहिए। एक्टिंग कीती वधिया लगी? बहुत वधिया, दोनों दी बहुत वधिया। अशिन दे सब तो वधिया, बोरिंग नहीं मतलब फिल्म। सर किवें लगी जी फिल्म? बहुत वधिया सर, बहुत वधिया। पंजाब विचों किन्ने स्टार दोगे? 4 स्टार। मैम किवें लगी फिल्म? सुपर से ऊपर। सर एक्टिंग कीती वधिया लगी? भला साहब सबकी सुपर सुपर। पंजाबी चुके स्टार देंगे? मैं तो 5 पे 5। मैम कितने में लगी? बहुत अच्छी थी पिक्चर, मस्ट वॉच है। कितने लगी? नाइस मूवी। पंजाबी चुके स्टार? 5 दे 5। भाई कितने लगी फिल्म? बहुत कैंट से। एक्टिंग की थी बढ़िया लगी? सचिंदे दी सब दी वधिया, इमोशनल वो करता। किवें एक्टिंग कीती वधिया लगी? बहुत वधिया, दोनों पे पुत्रां दे बहुत वधिया रोल आ गया सीन देख, बहुत वधिया लगी। मैसेज वधिया फिल्म दा? मैसेज बहुत वधिया दित्ता जी, प्यो पुत दा कॉमेडी पूरा टाइप दी। पंजाबी चुके स्टार? 5 जी सर। सर कितने लगी जी? ਬਹੁਤ ਵਧੀਆ ਸੀ, ਬਹੁਤ ਵਧੀਆ, ਬਹੁਤ ਵਧੀਆ। ਇੱਕ ਸਿੱਖਿਆ ਸੀ ਸਾਰਿਆਂ ਵਾਸਤੇ। ਬਹੁਤ ਬਾਈ, ਪੰਜਾਬ ਵਿੱਚੋਂ ਕਿੰਨੇ ਸਟਾਰ ਦਿਓ? ਬਹੁਤ ਘੈਂਟ ਮੂਵੀ ਹੈ ਬਾਈ, ਸਿਰਾ ਮੂਵੀ ਬਾਈ, ਸਿਰਾ ਯਾਰ ਬਾਈ। ਫਿਲਮ ਕਿਵੇਂ ਲੱਗੀ? ਬਹੁਤ ਘੈਂਟ ਬਾਜੀ ਸਰ। ਕਿਵੇਂ ਲੱਗੀ ਜੀ ਫਿਲਮ? ਬਹੁਤ ਵਧੀਆ ਜੀ, ਬਹੁਤ। ਪੰਜਾਬ ਵਿੱਚੋਂ ਕਿੰਨੇ ਸਟਾਰ ਦਿਓ? 4 ਸਟਾਰ। ਘੈਂਟ ਸੀ ਬਾਜੀ। ਪੰਜਾਬ ਵਿੱਚੋਂ ਕਿੰਨੇ ਸਟਾਰ ਦਿਓ? 5 ਦੇਵਾਂਗੇ ਬਾਜੀ। ਕਿਵੇਂ ਲੱਗੀ ਬਾਈ? ਬਾਈ ਬਾਈ ਘੈਂਟ। ਮੈਮ ਕਿਵੇਂ ਲੱਗੀ ਫਿਲਮ? ਵਧੀਆ ਲੱਗੀ ਜੀ। ਪੰਜਾਬ ਵਿੱਚੋਂ ਕਿੰਨੇ ਸਟਾਰ? 5। ਬਹੁਤ ਵਧੀਆ ਬਾਜੀ। ਪੰਜਾਬ ਵਿੱਚੋਂ ਕਿੰਨੇ ਸਟਾਰ? 5। ਐਕਟਿੰਗ ਕੀਤੀ ਵਧੀਆ ਲੱਗੀ? ਸ਼ਿੰਦੇ ਵੀ ਬਹੁਤ ਵਧੀਆ। ਕਿਵੇਂ ਲੱਗੀ? ਬਹੁਤ ਵਧੀਆ ਭਾਜੀ, ਗਿੱਪੀ ਦੀਆਂ ਫਿਲਮਾਂ ਹਮੇਸ਼ਾ ਵਧੀਆ ਹੁੰਦੀਆਂ। ਪੰਜਾਬ ਵਿੱਚੋਂ ਕਿੰਨੇ ਸਟਾਰ? 5 ਚੋਂ 5। ਐਕਟਿੰਗ ਕੀਤੀ ਵਧੀਆ ਲੱਗੀ? ਸਾਰਿਆਂ ਦੀ ਵਧੀਆ, ਗਿੱਪੀ ਗਰੇਵਾਲ ਦੀ, ਸ਼ਿੰਦਾ ਗਰੇਵਾਲ, ਸਾਰੇ ਵਧੀਆ ਸੀਗੇ। ਕਿਵੇਂ ਲੱਗੀ ਫਿਲਮ? ਵਧੀਆ। ਕਰਦੇ ਕੁੱਟਦੇ ਤਾਂ ਨਹੀਂ? ਨਹੀਂ ਨਹੀਂ। ਹੁਣੇ ਕੁੱਟਣਗੇ? ਨਹੀਂ 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 ਕਰਦੇ। ਪੰਜਾਬ ਵਿੱਚੋਂ ਕਿੰਨੇ ਸਟਾਰ? 5 ਜੀ। ਸਰ ਕਿਵੇਂ ਲੱਗੀ ਫਿਲਮ? ਬਹੁਤ ਵਧੀਆ ਸੀ, ਬਹੁਤ ਵਧੀਆ ਜੀ। ਆਪਣੇ ਬੱਚਿਆਂ ਵਾਸਤੇ ਅੱਜ ਕੱਲ ਜੋ ਹੈਗਾ ਚੱਲ ਰਿਹਾ ਕੰਮ, ਉਹਨਾਂ ਵਾਸਤੇ ਬਹੁਤ ਹੀ ਵਧੀਆ, ਪੇਰੈਂਟਸ ਵਾਸਤੇ ਜੀ। ਮਤਲਬ ਵਧੀਆ ਫਿਲਮ ਹੈ ਜੀ, ਔਰ ਬੱਚਿਆਂ ਨੂੰ ਵੀ ਚਾਹੀਦਾ ਜੀ, ਜਿਸ ਤਰ੍ਹਾਂ ਮਾਂ ਪਿਓ ਡਾਂਟਦੇ ਹੈਗੇ ਆ, ਉਹ ਕੁਛ ਚੰਗੇ ਪਾਸੇ ਡਾਂਟਦੇ ਹੁੰਦੇ ਜੀ, ਅਤੇ ਬਹੁਤ ਹੀ ਇੰਜੋਏ ਹੋਇਆ ਜੀ ਫਿਲਮ ਦੇਖ ਕੇ। ਅੱਛਾ, ਮੈਸੇਜ ਕੀ ਲੱਗਾ ਫਿਲਮ ਦੇ ਵਿੱਚ, ਕੀ ਵਧੀਆ ਮੈਸੇਜ ਹੈ? ਮੈਸੇਜ ਤਾਂ ਵਧੀਆ ਇਹ ਹੈ ਕਿ ਪੇਰੈਂਟਸ ਨੂੰ ਬੱਚਿਆਂ ਦੇ ਅਕੋਰਡ ਥੋੜ੍ਹਾ ਚੱਲਣਾ ਚਾਹੀਦਾ, ਬੱਚੇ ਵੀ ਮੰਨਣ ਪੇਰੈਂਟਸ ਦੀ, ਹੈ ਨਾ, ਬੱਚਿਆਂ ਵਾਸਤੇ ਵੀ ਥੋੜ੍ਹਾ ਮਾਂ ਪਿਓ ਨੂੰ ਵੀ ਕੋਪਰੇਟ ਕਰਨਾ ਚਾਹੀਦਾ ਬੱਚਿਆਂ ਨੂੰ ਵੀ ਪਿਆਰ ਹੋਣਾ ਚਾਹੀਦਾ, ਹੈ ਨਾ। ਇੱਕ ਤਰ੍ਹਾਂ ਐਕਟਿੰਗ ਕੀਤੀ ਵਧੀਆ ਲੱਗੀ, ਸ਼ਿੰਦੇ ਦੀ ਜਾਂ ਗਿੱਪੀ ਦੀ? ਸ਼ਿੰਦੇ ਦੀ। ਹਾਂਜੀ, ਕਿੱਦਾਂ ਲੱਗੀ ਤੁਹਾਨੂੰ ਫਿਲਮ? ਮਾਰਦੇ ਤਾਂ ਨਹੀਂ ਕਰਦੇ? ਮੰਮਾ ਮਾਰਦੇ, ਪਾਪਾ ਮਾਰਦੇ। ਹੁਣ ਨਹੀਂ ਮਾਰੂਗੇ, ਮੈਨੂੰ ਲੱਗਦਾ ਫਿਲਮ ਤੋਂ ਦੇਖ ਕੇ ਤਾਂ ਬਿਲਕੁਲ ਨਹੀਂ ਮਾਰੂਗੇ। ਸੌਰੀ ਮੰਗਣੀ ਪੈਂਦੀ ਆ। ਅੱਛਾ, ਸੌਰੀ ਮੰਗਣੀ ਪੈਂਦੀ। ਅੱਛਾ, ਫਿਲਮ ਕਿਵੇਂ ਲੱਗੀ? ਬਹੁਤ ਵਧੀਆ, ਬਹੁਤ। ਮੈਸੇਜ ਕੀ ਸੀ ਫਿਲਮ ਦੇ ਵਿੱਚ? ਬੱਚਿਆਂ ਨੂੰ ਵਾਕਿਆ ਪਿਆਰ ਨਾਲ ਡੀਲ ਕਰਨਾ ਚਾਹੀਦਾ, ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਐਕਟਿੰਗ ਕਿਹਦੀ ਵਧੀਆ ਲੱਗੀ? ਛਿੰਦੇ ਦੀ। ਕਿਵੇਂ ਲੱਗੀ ਫਿਲਮ ਤੁਹਾਨੂੰ? ਬਹੁਤ ਵਧੀਆ। ਤੁਸੀਂ ਲੈ ਕੇ ਆਏ ਘਰਦਿਆਂ ਨੂੰ ਕਿ ਘਰਦਿਆਂ ਨੇ ਕਿਸੇ ਚਲੀਏ ਦੇਖਣ? ਮੈਂ ਲੈ ਕੇ ਆਇਆ। ਬੇਟੀ ਲੈ ਕੇ ਆਈ? ਮੇਰੀ ਬੇਟੀ ਲੈ ਕੇ ਆਈ ਸੀ ਕਿ ਜ਼ਰੂਰ ਇਹ ਮੂਵੀ ਦੇਖਣੀ, ਅੱਜ ਹੀ ਦੇਖਣੀ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਿੰਦਾ ਸ਼ਿੰਦਾ ਨੂੰ ਪਾਪਾ ਫਿਲਮ ਜਿਹੜੇ ਦਰਸ਼ਕ ਦੇਖਣ ਪਹੁੰਚੇ ਸੀਗੇ। ਸੋ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ।